ਪੰਜਾਬੀ ਸਟੱਡੀ ਪੁਆਇੰਟ 60 ਜੀ ਦੇਖ ਰਹੇ ਸਾਰੇ ਹੀ ਵਿਊਰਸ ਦਾ ਇਸ ਚੈਨਲ 'ਤੇ ਇੱਕ ਵਾਰ ਫੇਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਪੇਸ਼ ਹੈਗੀ ਹਾਂ। ਅਤੇ ਇਸ ਵੀਡੀਓ ਵਿੱਚ ਆਪਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਲੋਕ ਸਾਹਿਤ ਭਾਗ ਦੇ ਵਿੱਚ ਦਰਜ ਘੋੜੀਆਂ, ਇਸ ਵਿੱਚੋਂ ਤੀਜੀ ਘੋੜੀ ਪੜ੍ਹਨੀ ਹੈ, ਜਿਸ ਦਾ ਸਿਰਲੇਖ ਹੈ ਮੱਥੇ 'ਤੇ ਚਮਕਣ ਵਾਲ। ਇਸ ਤੋਂ ਪਹਿਲਾਂ ਘੋੜੀਆਂ ਬਾਰੇ ਆਪਾਂ ਜਾਣਕਾਰੀ ਪਹਿਲਾਂ ਹੀ ਰੱਖਦੇ ਹਾਂ ਕਿ ਘੋੜੀਆਂ ਲੋਕ ਸਾਹਿਤ ਦਾ ਇੱਕ ਅਜਿਹਾ ਰੂਪ ਹੁੰਦਾ ਹੈ, ਲੋਕ ਗੀਤ ਹੁੰਦੇ ਨੇ ਜਿਹੜੇ ਕਿ ਮੁੰਡੇ ਦੇ ਵਿਆਹ 'ਤੇ ਉਸਦੇ ਘਰ ਵਿੱਚ ਇਸਤਰੀਆਂ ਵੱਲੋਂ ਰਲ ਮਿਲ ਕੇ ਗਾਏ ਜਾਂਦੇ ਨੇ ਅਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਅਤੇ ਇਸ ਘੋੜੀ ਦੇ ਵਿੱਚ ਵੀ ਜਿਹੜੀ ਮਾਂ ਹੈ ਆਪਣੇ ਪੁੱਤਰ ਦੇ ਵਿਆਹ ਸੰਬੰਧੀ ਜਿਹੜੇ ਚਾਅ ਨੇ ਉਸ ਨੂੰ ਇਹਨਾਂ ਭਾਵਾਂ ਦੁਆਰਾ ਪ੍ਰਗਟ ਕਰਦੀ ਹੈਗੀ ਆ। ਅਤੇ ਉਹ ਕਹਿੰਦੀ ਹੈਗੀ ਹੈ ਕਿ ਉਸਦੇ ਪੁੱਤਰ ਦੇ ਵਿਆਹਣ ਦੇ ਲਈ ਘੋੜੀ ਚੜ੍ਹਨ ਸਮੇਂ ਉਸਦੀ ਵੀਣੀ ਉੱਤੇ ਬੰਨ੍ਹੇ ਜਾਣ ਵਾਲੇ ਜਿਹੜਾ ਗਾਨਾ ਹੈ ਉਸਦੇ ਜਿਹੜੇ ਫੁੰਮਣ ਹੈ ਬੜੇ ਸੋਹਣੇ ਨੇ, ਹੱਥਾਂ ਉੱਤੇ ਮਹਿੰਦੀ ਹੈ ਲਾਲ ਸੂਹੇ ਰੰਗ ਦੀ ਹੈ ਅਤੇ ਮੱਥੇ ਉੱਤੇ ਬੰਨ੍ਹੇ ਜਾਣ ਵਾਲੇ ਲੜੀਆਂ ਵਾਲੇ ਸਿਹਰੇ ਅਤੇ ਘੋੜੀ ਉੱਤੇ ਚੜ੍ਹ ਕੇ ਲਾੜੀ ਨੂੰ ਵਿਆਹੁਣ ਜਾਣ ਦਾ ਜੋ ਖੁਸ਼ੀ ਹੈ ਉਹ ਇਸ ਘੋੜੀ ਦੇ ਵਿੱਚ ਪ੍ਰਗਟ ਕੀਤੀ ਗਈ ਹੈਗੀ ਆ। ਅਤੇ ਅਸੀਂ ਪਹਿਲਾਂ ਇਹਦੇ ਅਰਥ ਕਰਾਂਗੇ, ਉਸ ਤੋਂ ਬਾਅਦ ਇਹਦੇ ਪ੍ਰਸ਼ਨ ਉੱਤਰ ਪੜਾਂਗੇ। ਮੱਥੇ 'ਤੇ ਚਮਕਣ ਵਾਲ ਮੇਰੇ ਬੰਨਣੇ ਦੇ, ਮੱਥੇ 'ਤੇ ਚਮਕਣ ਵਾਲ ਮੇਰੇ ਬੰਨਣੇ ਦੇ। ਤਾਂ ਇਹਨਾਂ ਘੋੜੀਆਂ ਦੇ ਵਿੱਚ ਲਾਈਨਾਂ ਦਾ ਜਿਹੜਾ ਦੁਹਰਾਅ ਹੈ ਉਹ ਇਸ ਕਰਕੇ ਹੈ ਕਿਉਂਕਿ ਇਹ ਗਾਉਣ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਜਿਹੜਾ ਹੈ ਕੀਤਾ ਜਾਂਦਾ ਹੈ ਦੁਹਰਾ। ਅਤੇ ਜਿਹੜੀ ਮਾਂ ਹੈ ਉਹ ਕਹਿੰਦੀ ਹੈਗੀ ਹੈ ਵੀ ਜਿਹੜਾ ਮੇਰਾ ਪੁੱਤਰ ਹੈ, ਬੰਨੜੇ ਦਾ ਅਰਥ ਹੈ ਵਿਆਹੁਣ ਜਾ ਰਿਹਾ ਪੁੱਤਰ, ਕਿ ਜਿਹੜਾ ਮੇਰਾ ਪੁੱਤਰ ਹੈ ਵਿਆਹੁਣ ਲਈ ਜਾ ਰਿਹਾ ਹੈ ਉਸ ਦੇ ਮੱਥੇ ਉੱਤੇ ਬੜੇ ਹੀ ਉਹਦੇ ਵਾਲ ਨੇ ਜਿਹੜੇ ਬੜੇ ਹੀ ਸੋਹਣੇ ਲੱਗ ਰਹੇ ਨੇ, ਚਮਕ ਰਹੇ ਹੈਗੇ ਨੇ। ਆਵੇ ਬੰਨਾ ਬੰਨ ਸ਼ਗਨਾਂ ਦਾ ਗਾਨਾ, ਅਤੇ ਉਹ ਆਪਣੇ ਪੁੱਤਰ ਨੂੰ ਕਹਿੰਦੀ ਹੈ ਵੀ ਐ ਮੇਰੇ ਪੁੱਤਰ ਆ ਤੂੰ ਮੇਰੇ ਕੋਲ ਬੈਠ ਅਤੇ ਮੈਂ ਤੇਰੀ ਵੀਣੀ ਉੱਤੇ ਜਾਂ ਗੁੱਟ ਉੱਤੇ ਸ਼ਗਨਾਂ ਦਾ ਗਾਨਾ ਬੰਨ ਦੇਵਾਂ ਅਤੇ ਇਸ ਗਾਨੇ ਦੇ ਫੁੰਮਣ ਚਾਰ ਮੇਰੇ ਬੰਨਣੇ ਦੇ, ਮੱਥੇ 'ਤੇ ਚਮਕਣ ਵਾਲ ਮੇਰੇ ਬੰਨਣੇ ਦੇ। ਅਤੇ ਉਹ ਕਹਿੰਦੀ ਹੈ ਵੀ ਜਿਹੜਾ ਗਾਨਾ ਹੈ ਮੈਂ ਆਪਣੇ ਪੁੱਤਰ ਦੀ ਬੀਣੀ 'ਤੇ ਬੰਨਣਾ ਹੈ, ਉਸ ਦੇ ਚਾਰ ਰੇਸ਼ਮ ਦੇ ਫੁੰਮਣ ਲੱਗੇ ਹੋਏ ਨੇ ਜਿਹੜੇ ਉਸਨੂੰ ਬੜਾ ਹੀ ਸੋਹਣਾ ਬਣਾਉਂਦੇ ਨੇ। ਅਤੇ ਇਸ ਤਰ੍ਹਾਂ ਆਪਣੇ ਪੁੱਤਰ ਦੀ ਤਾਰੀਫ ਕਰਦੇ ਹੋਏ ਕਹਿੰਦੀ ਹੈ ਕਿ ਮੇਰੇ ਵਿਆਹੁਣ ਜਾ ਰਹੇ ਪੁੱਤਰ ਦੇ ਮੱਥੇ 'ਤੇ ਵਾਲ ਚਮਕ ਰਹੇ ਹਨ। ਆਵੇ ਬੰਨਾ ਲਾ ਸ਼ਗਨਾਂ ਦੀ ਮਹਿੰਦੀ, ਆਵੇ ਬੰਨਾ ਲਾ ਸ਼ਗਨਾਂ ਦੀ ਮਹਿੰਦੀ। ਅਤੇ ਅਗਲੇ ਲਾਈਨਾਂ ਦੇ ਵਿੱਚ ਫਿਰ ਮਾਂ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਐ ਮੇਰੇ ਪੁੱਤਰ ਤੂੰ ਮੇਰੇ ਕੋਲ ਬੈਠ ਅਤੇ ਸ਼ਗਨਾਂ ਦੀ ਮਹਿੰਦੀ ਲਵਾ ਲੈ ਅਤੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਜਿਹੜੀ ਸ਼ਗਨਾਂ ਦੀ ਮਹਿੰਦੀ ਲਾ ਰਹੀ ਹੈ ਉਹ ਉਹਦੇ ਬਾਰੇ ਦੱਸਦੀ ਹੈ। ਮਹਿੰਦੀ ਦਾ ਰੰਗ ਸੂਹਾ ਲਾਲ ਮੇਰੇ ਬੰਨਣੇ ਦੇ, ਅਤੇ ਜਿਹੜੀ ਮਹਿੰਦੀ ਹੈ ਲਾਈ ਜਾ ਰਹੀ ਹੈ ਇਸ ਦਾ ਰੰਗ ਸੂਹਾ ਲਾਲ ਹੈ ਭਾਵ ਗੂੜਾ ਲਾਲ ਹੈ। ਅਤੇ ਇਸ ਤਰ੍ਹਾਂ ਉਹ ਆਪਣੇ ਪੁੱਤਰ ਦੀ ਤਾਰੀਫ ਕਰਦੀ ਹੋਈ ਕਹਿੰਦੀ ਹੈ ਕਿ ਉਸਦੇ ਮੱਥੇ 'ਤੇ ਵਾਲ ਚਮਕ ਰਹੇ ਹੈਗੇ ਨੇ। ਆਵੇ ਬੰਨਾ ਬੰਨ ਸ਼ਗਨਾਂ ਦਾ ਸਿਹਰਾ, ਅਤੇ ਅਗਲੀਆਂ ਲਾਈਨਾਂ ਦੇ ਵਿੱਚ ਜਿਹੜੀ ਮਾਂ ਹੈ ਆਪਣੇ ਪੁੱਤਰ ਦੀ ਤਾਰੀਫ ਕਰਦੀ ਹੋਈ ਕਹਿੰਦੀ ਹੈਗੀ ਆ ਕਿ ਐ ਵੀ ਮੇਰੇ ਪੁੱਤਰ ਤੂੰ ਆ ਕੇ ਮੇਰੇ ਕੋਲੋਂ ਸ਼ਗਨਾਂ ਦਾ ਸਿਹਰਾ ਬੰਨ ਲੈ। ਸਿਹਰੇ ਦੀਆਂ ਲੜੀਆਂ ਚਾਰ, ਅਤੇ ਜਿਹੜਾ ਸਿਹਰਾ ਬੰਨਿਆ ਜਾ ਰਿਹਾ ਹੈ ਉਸਦੀਆਂ ਚਾਰ ਲੜੀਆਂ ਨੇ ਉਹ ਵੀ ਬੜੀਆਂ ਸੋਹਣੀਆਂ ਨੇ। ਅਤੇ ਇਸ ਤਰ੍ਹਾਂ ਮਾਂ ਕਹਿੰਦੀ ਹੈ ਕਿ ਉਸਦੇ ਪੁੱਤਰ ਦੇ ਮੱਥੇ ਉੱਤੇ ਵਾਲ
ਚਮਕ ਰਹੇ ਨੇ। ਆਵੇ ਬੰਨਾ ਚੜ੍ਹ ਸ਼ਗਨਾਂ ਦੀ ਘੋੜੀ। ਇਸ ਤੋਂ ਬਾਅਦ ਫਿਰ ਮਾਂ ਕਹਿੰਦੀ ਹੈ ਕਿ ਇਹ ਮੇਰੇ ਪੁੱਤਰ, ਤੂੰ ਜਿਹੜੀ ਹੈਗੀ ਆ ਸ਼ਗਨਾਂ ਦੀ ਘੋੜੀ 'ਤੇ ਸਵਾਰ ਹੋ ਜਾ, ਅਤੇ ਆਪਣਾ ਜਿਹੜਾ ਹੈ ਵਿਆਹ ਦੇ ਲਈ ਵਹੁਟੀ ਨੂੰ ਵਿਆਹੁਣ ਲਈ ਜਾਣਾ ਹੈ ਤਾਂ ਉਸ ਲਈ ਉਸਨੂੰ ਤਿਆਰ ਹੋਣ ਲਈ ਕਹਿੰਦੀ ਹੈਗੀ ਆ। ਜੋੜੀ ਭਰਾਵਾਂ ਦੀ ਨਾਲ ਮੇਰੇ ਬੰਨਣੇ ਦੇ, ਮੱਥੇ 'ਤੇ ਚਮਕਣ ਵਾਲ ਮੇਰੇ ਬੰਨਣੇ ਦੇ। ਤਾਂ ਇਹਨਾਂ ਲਾਈਨਾਂ ਦੇ ਵਿੱਚ ਫਿਰ ਮਾਂ ਕੀ ਕਹਿੰਦੀ ਹੈਗੀ ਆ ਕਿ ਜੋੜੀ ਭਰਾਵਾਂ ਦੇ ਨਾਲ ਵੀ ਉਹ ਸ਼ਗਨਾਂ ਦੀ ਘੋੜੀ 'ਤੇ ਚੜ੍ਹ ਕੇ ਵਹੁਟੀ ਨੂੰ ਵਿਆਹੁਣ ਲਈ ਜਾ ਰਿਹਾ ਹੈ, ਅਤੇ ਇਸ ਸਮੇਂ ਉਹਦੇ ਨਾਲ ਭਰਾਵਾਂ ਦੀ ਜੋੜੀ ਹੈ ਜਿਸ ਦੇ ਨਾਲ ਉਹਦੀ ਸ਼ੋਭਾ ਹੋਰ ਵੱਧ ਰਹੀ ਹੈਗੀ ਆ। ਭਾਵ ਸਮਾਜਿਕ ਰੂਪ ਦੇ ਵਿੱਚ ਭਰਾਵਾਂ ਦਾ ਵਿਆਹ ਦੇ ਸਮੇਂ ਹਾਜ਼ਰ ਹੋਣਾ ਉਸਦੀ ਸ਼ਾਨ ਸ਼ੌਕਤ 'ਚ ਵਾਧਾ ਕਰਦਾ ਹੈਗਾ। ਅਤੇ ਇਸ ਤਰ੍ਹਾਂ ਮਾਂ ਕਹਿੰਦੀ ਹੈ ਕਿ ਉਸਦੇ ਪੁੱਤਰ ਦੇ ਮੱਥੇ ਉੱਤੇ ਵਾਲ ਚਮਕ ਰਹੇ ਹਨ। ਅਤੇ ਅਗਲੇ ਲਾਈਨਾਂ ਦੇ ਵਿੱਚ ਮਾਂ ਕੀ ਕਹਿੰਦੀ ਹੈ, ਆਵੇ ਬੰਨਾ ਲੈ ਸ਼ਗਨਾਂ ਦੀਆਂ ਲਾਵਾਂ, ਆਵੇ ਬੰਨਾ ਲੈ ਸ਼ਗਨਾਂ ਦੀਆਂ ਲਾਵਾਂ, ਨਿੱਕੀ ਜਿਹੀ ਬੰਨੋ ਤੇਰੇ ਨਾਲ ਮੇਰੇ ਬੰਨੜੇ ਦੇ, ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਤਾਂ ਇਹਨਾਂ ਲਾਈਨਾਂ ਦੇ ਵਿੱਚ ਮਾਂ ਕਹਿੰਦੀ ਹੈਗੀ ਆ ਕਿ ਜਿਹੜਾ ਉਸਦਾ ਪੁੱਤਰ ਹੈ ਲਾੜੇ ਦੇ ਰੂਪ ਦੇ ਵਿੱਚ ਸੱਜ ਕੇ ਘੋੜੀ ਚੜ੍ਹ ਕੇ ਵਿਆਹੁਣ ਲਈ ਜਾ ਰਿਹਾ ਹੈਗਾ, ਅਤੇ ਉਹ ਸਹੁਰੇ ਘਰ ਜਾ ਕੇ ਸ਼ਗਨਾਂ ਦੀਆਂ ਲਾਵਾਂ ਆਪਣੀ ਲਾੜੀ ਦੇ ਨਾਲ ਲੈ ਰਿਹਾ ਹੈਗਾ। ਅਤੇ ਉਹਦੇ ਨਾਲ ਉਸਦੀ ਬਹੁਤ ਛੋਟੀ, ਬਹੁਤ ਸੋਹਣੀ ਜਿਹੜੀ ਹੈਗੀ ਆ ਛੋਟੀ ਜਿਹੀ ਲਾੜੀ ਉਹਦੇ ਨਾਲ ਸ਼ੋਭਾ ਪਾ ਰਹੀ ਹੈਗੀ ਆ। ਅਤੇ ਇਸ ਤਰ੍ਹਾਂ ਉਸਦੇ ਵਿਆਹੁਣ ਜਾ ਰਹੇ ਪੁੱਤਰ ਦਾ ਮੱਥਾ ਜਿਹੜਾ ਹੈ ਅਤੇ ਵਾਲ ਚਮਕ ਰਹੇ ਹੈਗੇ ਨੇ। ਭਾਵ ਜਿਹੜੀ ਮਾਂ ਹੈ ਉਹ ਬੜੀ ਖੁਸ਼ ਹੈ ਕਿ ਉਸਦਾ ਪੁੱਤਰ ਲਾਵਾਂ ਲੈਣ ਲਈ ਜਾ ਰਿਹਾ ਹੈ। ਆਵੇ ਬੰਨਾ ਲਿਆ ਸ਼ਗਨਾਂ ਦਾ ਡੋਲਾ, ਆਵੇ ਬੰਨਾ ਲਿਆ ਸ਼ਗਨਾਂ ਦਾ ਡੋਲਾ, ਮਾਂ ਨੇ ਪਾਣੀ ਪੀਤਾ ਵਾਰ ਮੇਰੇ ਬੰਨੜੇ ਦੇ, ਮੱਥੇ 'ਤੇ ਚਮਕਣ ਵਾਲ ਮੇਰੇ ਬੰਨੜੇ ਦੇ। ਅਗਲੇ ਦਿਨ ਦੇ ਵਿੱਚ ਮਾਂ ਕਹਿੰਦੀ ਹੈਗੀ ਆ ਵੀ ਜਿਹੜਾ ਉਸਦਾ ਪੁੱਤਰ ਹੈ ਫਿਰ ਜਿਹੜਾ ਲਾਵਾਂ ਲੈਣ ਤੋਂ ਬਾਅਦ ਸ਼ਗਨਾਂ ਦਾ ਡੋਲਾ ਲੈ ਕੇ ਆਪਣੀ ਵਹੁਟੀ ਨੂੰ ਨਾਲ ਲੈ ਕੇ ਘਰ ਪਰਤ ਆਉਂਦਾ ਹੈਗਾ, ਅਤੇ ਜਿਸ 'ਤੇ ਸਾਰੇ ਬੜੇ ਖੁਸ਼ ਹੁੰਦੇ ਨੇ। ਅਤੇ ਮਾਂ ਜਿਹੜੀ ਹੈ ਵਿਆਹੀ ਗਈ ਜੋੜੀ ਦੇ ਸਿਰ ਉੱਪਰੋਂ ਜੀ ਪਾਣੀ ਪੀ ਪਾਰ ਕੇ ਪੀਂਦੀ ਹੈਗੀ ਆ, ਅਤੇ ਇਸ ਤਰ੍ਹਾਂ ਸ਼ਗਨ ਮਨਾਉਂਦੀ ਹੈ, ਖੁਸ਼ੀਆਂ ਮਨਾਉਂਦੀ ਹੈਗੀ ਆ। ਅਤੇ ਇਸ ਤਰ੍ਹਾਂ ਬੜੀ ਖੁਸ਼ ਹੁੰਦੀ ਹੈ ਕਿ ਉਸਦੇ ਬੰਨੜੇ ਦੇ ਮੱਥੇ ਉੱਤੇ ਵਾਲ ਚਮਕ ਰਹੇ ਹੈਗੇ। ਇਹ ਤਾਂ ਸੀਗੇ ਇਸਦੇ ਅਰਥ। ਹੁਣ ਆਪਾਂ ਇਸ ਨਾਲ ਸੰਬੰਧਿਤ ਜੋ ਪ੍ਰਸ਼ਨਾਂ ਦੇ ਉੱਤਰ ਨੇ ਉਹ ਆਉਂਦੇ ਹੈਗੇ ਨੇ। ਭਾਵੇਂ ਤੁਸੀਂ 11ਵੀਂ ਦੇ ਵਿਦਿਆਰਥੀ ਹੈਗੇ ਆ, ਭਾਵੇਂ ਤੁਸੀਂ ਕੰਪੀਟੀਸ਼ਨ ਦੇ ਰਹੇ ਹੈਗੇ ਹੋ, ਕੋਈ ਵੀ ਪ੍ਰੀਖਿਆ ਦੇ ਰਹੇ ਹੋ, ਕਿਉਂਕਿ ਲੋਕ ਸਾਹਿਤ ਰੂਪ ਦੇ ਵਿੱਚੋਂ ਕੰਪੀਟੀਸ਼ਨ ਦੇ ਵਿੱਚ ਹਮੇਸ਼ਾ ਪ੍ਰਸ਼ਨ ਪੁੱਛੇ ਜਾਂਦੇ ਨੇ। ਅਤੇ ਇਹ ਜਿਹੜਾ ਹੈ ਘੋੜੀਆਂ ਸਾਡੇ ਲੋਕ ਸਾਹਿਤ ਦਾ ਬੜਾ ਹੀ ਮਹੱਤਵਪੂਰਨ ਭਾਗ ਹੈਗਾ। ਅਤੇ ਇਹਦੇ ਵਿੱਚੋਂ ਜਿਹੜੇ ਪੁੱਛੇ ਜਾਣ ਵਾਲੇ ਪ੍ਰਸ਼ਨ ਹੈਗੇ ਨੇ ਉਹ ਇਸ ਤਰ੍ਹਾਂ ਹੈਗੇ ਨੇ, ਕਿਹੜਾ ਲੋਕ ਗੀਤ ਘੋੜੀ ਕਾਵਿ ਰੂਪ ਦੇ ਵਿੱਚ ਹੈ। ਉਹਦੇ ਵਿੱਚ ਆਪਸ਼ਨ ਦਿੱਤੀਆਂ ਹੋਈਆਂ ਨੇ ਉਹਨੇ ਕਿ ਚੜ੍ਹ ਚੁਆਰੇ ਸੁੱਤੇ ਆ, ਮੱਥੇ 'ਤੇ ਚਮਕਣ ਵਾਲ, ਸਾਡਾ ਚਿੜੀਆਂ ਦਾ ਚੰਬਾ, ਪਿੰਡ ਤਾਂ ਸਾਰੇ। ਹੁਣ ਇਹਨਾਂ ਦੇ ਵਿੱਚ ਜੋ ਚਾਰ ਆਪਸ਼ਨਸ ਦਿੱਤੀਆਂ ਹੋਈਆਂ ਨੇ ਇਹਦੇ ਵਿੱਚੋਂ ਚੜ੍ਹ ਚੁਆਰੇ ਸੁੱਤੇ ਆ ਸੁਹਾਗ ਹੈਗਾ, ਸਾਡਾ ਚਿੜੀਆਂ ਦਾ ਚੰਬਾ ਵੀ ਸੁਹਾਗ ਹੈ, ਅਤੇ ਪਿੰਡ ਤਾਂ ਸਾਡੇ ਇਹ ਲੰਮੀਆਂ ਬੋਲੀਆਂ ਦੇ ਵਿੱਚ ਆਉਂਦਾ ਹੈ, ਅਤੇ ਮੱਥੇ 'ਤੇ ਚਮਕਣ ਵਾਲ ਘੋੜੀ ਰੂਪ ਦੇ ਵਿੱਚ ਹੈ। ਜਿਹੜਾ ਸਿਹਰਾ ਕਿਸ ਦੇ ਸਿਰ 'ਤੇ ਸਜਾਇਆ ਜਾਂਦਾ ਹੈ, ਇਸਦਾ ਉੱਤਰ ਕੀ ਹੈ, ਬੰਨੇ ਦੇ ਜਾਂ ਲਾੜੇ ਦੇ। ਸ਼ਗਨਾਂ ਦਾ ਗਾਨਾ ਅਤੇ ਮਹਿੰਦੀ ਕਿਸ ਦੇ ਲਗਾਈ ਜਾਂਦੀ ਹੈ, ਇਸਦਾ ਉੱਤਰ ਕੀ ਹੈ, ਲਾੜੇ ਜਾਂ ਬੰਨੜੇ ਦੇ। ਅਗਲਾ ਪ੍ਰਸ਼ਨ ਹੈ, ਨਿੱਕੀ ਜਿਹੀ ਬੰਨੋ ਤੋਂ ਕੀ ਭਾਵ ਹੈ। ਇਹਦਾ ਅਰਥ ਹੈ ਵਿਆਹੀ ਜਾ ਰਹੀ ਲਾੜੀ।
ਡੋਲਾ ਲਿਆਉਣ ਤੋਂ ਬਾਅਦ ਪਾਣੀ ਵਾਰ ਕੇ ਕੌਣ ਪੀਂਦਾ ਹੈ? ਇਸਦਾ ਉੱਤਰ ਹੈ ਮੁੰਡੇ ਦੀ ਮਾਂ। ਲਾੜ ਦੇ ਹੱਥਾਂ ਉੱਤੇ ਕੀ ਲਾਇਆ ਗਿਆ ਹੈ? ਸੂਹੀ ਲਾਲ ਮਹਿੰਦੀ। ਇਸ ਤੋਂ ਇਲਾਵਾ ਹੋਰ ਪ੍ਰਸ਼ਨ ਨੇ ਇਸ ਦੇ ਨਾਲ ਸੰਬੰਧਿਤ, ਉਹ ਵੀ ਆਪਾਂ ਵਾਚਦੇ ਹੈਗੇ ਹਾਂ। ਜਿਵੇਂ ਜਿਹੜਾ ਹੈਗਾ ਪਹਿਲਾ ਪ੍ਰਸ਼ਨ ਹੈਗਾ ਕਿ ਲਾੜੇ ਦੇ ਮੱਥੇ ਉੱਤੇ ਕੀ ਚਮਕ ਰਿਹਾ ਹੈ? ਇਸਦਾ ਉੱਤਰ ਕੀ ਹੈਗਾ? ਵਾਲ ਚਮਕ ਰਹੇ ਹੈਗੇ ਨੇ। ਮਾਂ ਪੁੱਤਰ ਦੇ ਕਿਹੋ ਜਿਹਾ ਗਾਨਾ ਬੰਨਣਾ ਚਾਹੁੰਦੀ ਹੈ? ਮਾਂ ਪੁੱਤਰ ਦੇ ਬਹੁਤ ਹੀ ਸੋਹਣਾ ਚਾਰ ਫੁੰਮਣਾ ਵਾਲਾ ਗਾਨਾ ਬੰਨਣਾ ਚਾਹੁੰਦੀ ਹੈ। ਮਾਂ ਪੁੱਤਰ ਦੇ ਕਿਹੋ ਜਿਹੀ ਮਹਿੰਦੀ ਲੱਗੀ ਵੇਖਣਾ ਚਾਹੁੰਦੀ ਹੈ? ਇਸਦਾ ਉੱਤਰ ਕੀ ਹੈ? ਸੂਹੀ ਲਾਲ ਮਹਿੰਦੀ। ਤਾਂ ਇਸ ਕਾਵਿ ਟੋਟੇ ਵਿੱਚ ਕਿਸ ਦੇ ਭਾਵ ਅੰਕਿਤ ਕੀਤੇ ਗਏ ਹਨ? ਹੁਣ ਇਹਦਾ ਉੱਤਰ ਕੀ ਹੈ? ਇਸ ਕਾਵਿ ਟੋਟੇ ਦੇ ਵਿੱਚ ਵਿਆਹੇ ਜਾ ਰਹੇ ਮੁੰਡੇ ਦੀ ਮਾਂ ਦੇ ਮਨ ਦੇ ਭਾਵ ਪ੍ਰਗਟ ਕੀਤੇ ਜਾ ਰਹੇ ਨੇ, ਅਤੇ ਇਸ ਦੇ ਵਿੱਚ ਖੁਸ਼ੀ ਦੇ ਚਾਅ ਦੇ ਭਾਵ ਹੈਗੇ ਨੇ। ਅਤੇ ਅਗਲਾ ਜੋ ਪ੍ਰਸ਼ਨ ਹੈਗਾ ਉਹ ਹੈਗਾ ਕਿ ਮਾਂ ਆਪਣੇ ਵਿਆਂਦੜ ਪੁੱਤਰ ਨੂੰ ਕਿਹੋ ਜਿਹਾ ਸਿਹਰਾ ਬੰਨਣਾ ਚਾਹੁੰਦੀ ਹੈ? ਮਾਂ ਆਪਣੇ ਵਿਆਂਦੜ ਪੁੱਤਰ ਨੂੰ ਸ਼ਗਨਾਂ ਦਾ ਉਹ ਸਿਹਰਾ ਬੰਨਣ ਲਈ ਕਹਿੰਦੀ ਹੈ ਜਿਸ ਦੀਆਂ ਚਾਰ ਬੜੀਆਂ ਹੀ ਸੁੰਦਰ ਲੜੀਆਂ ਹੋਣ। ਅਗਲਾ ਪ੍ਰਸ਼ਨ ਹੈ, ਮਾਂ ਆਪਣੇ ਪੁੱਤਰ ਦੀ ਜਿਹੜੀ ਹੈ ਵੀਣੀ ਉੱਤੇ ਕਿਹੋ ਜਿਹਾ ਗਾਨਾ ਬੰਨਣਾ ਚਾਹੁੰਦੀ ਹੈ? ਤਾਂ ਉਹ ਕੀ ਕਹਿੰਦੀ ਹੈ? ਚਾਰ ਫੁੰਮਣਾ ਵਾਲਾ ਗਾਨਾ ਬੰਨਣਾ ਚਾਹੁੰਦੀ ਹੈਗੀ ਹੈ। ਮਾਂ ਆਪਣੇ ਵਿਆਂਦੜ ਪੁੱਤਰ ਨੂੰ ਕਿਸ ਤਰ੍ਹਾਂ ਦੀ ਘੋੜੀ ਉੱਤੇ ਚੜ੍ਹਨ ਲਈ ਅਤੇ ਕਿਸ ਨਾਲ ਲਾਵਾਂ ਲੈਣ ਲਈ ਕਹਿੰਦੀ ਹੈਗੀ ਹੈ? ਮਾਂ ਆਪਣੇ ਵਿਆਂਦੜ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਉੱਤੇ ਚੜ੍ਹਨ ਅਤੇ ਸੋਹਣੀ ਜਿਹੀ ਬੰਨੋ ਦੇ ਨਾਲ ਲਾਵਾਂ ਲੈਣ ਲਈ ਕਹਿੰਦੀ ਹੈਗੀ ਆ। ਮਾਂ ਆਪਣੇ ਵਿਆਂਦੜ ਪੁੱਤਰ ਨੂੰ ਜਿਹੜਾ ਹੈ ਕਿਸ ਦੇ ਨਾਲ ਸ਼ਗਨਾਂ ਦੀ ਘੋੜੀ ਉੱਤੇ ਚੜ੍ਹਨ ਲਈ ਕਹਿੰਦੀ ਹੈ? ਮਾਂ ਆਪਣੇ ਵਿਆਂਦੜ ਪੁੱਤਰ ਨੂੰ ਸ਼ਗਨਾਂ ਦੀ ਘੋੜੀ ਉੱਤੇ ਆਪਣੇ ਭਰਾਵਾਂ ਦੀ ਜੋੜੀ ਦੇ